ਲਾਲਜੀਤ ਭੁੱਲਰ ਜੀ ਸਾਡੇ ਨਾਲ ਮੌਜੂਦ ਨੇ। ਸਰ, ਕਿਸ ਤਰੀਕੇ ਦਾ ਰਹਿਣ ਵਾਲਾ ਮਾਰਚ ਹੋਰ ਜੀ? ਅੱਜ ਸਾਡੇ ਮਹਿਬੂਬ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਆ ਸਾਡੀ ਜੀਰਾ ਵਿਧਾਨ ਸਭਾ ਦੇ ਵਿੱਚ, ਅਤੇ ਮੁੜ ਕੇ ਭਿੱਖੀ ਪਿੰਡ ਖੇਮ ਕਰਨ ਜਾਣਾ। ਬੜਾ ਪਿਆਰ ਦੇ ਰਹੀ ਹੈ ਸੰਗਤ, ਤੁਸੀਂ ਵੇਖ ਹੀ ਸਕਦੇ ਜੇ ਵੀ ਵੱਡੇ ਹਜੂਮ, ਵੱਡੇ ਨੌਜਵਾਨ ਸਾਰਿਆਂ ਦੇ ਪਿਆਰ ਸਤਿਕਾਰ ਲਈ ਖੜ੍ਹੇ ਆ, ਮਾਨ ਸਾਹਿਬ ਨੂੰ ਉਡੀਕ ਰਹੇ ਆ ਅਤੇ ਪਿਆਰ ਮਿਲ ਰਿਹਾ। ਵੇਖੋ ਫੁੱਲਾਂ ਦੀ ਵਰਖਾ ਹੋ ਰਹੀ ਆ, ਇਹੜੀ ਫੁੱਲਾਂ ਦੀ ਵਰਖਾ ਇਹ ਮਾਨ ਸਾਹਿਬ ਦੇ ਕੰਮਾਂ 'ਤੇ ਹੋ ਰਹੀ ਆ। ਲੋਕ ਨੋਟਾਂ ਦੇ ਹਾਰ ਪਾਉਂਦੇ ਆ, ਫੁੱਲਾਂ ਦੇ ਹਾਰ ਪਾਉਂਦੇ ਆ, ਰੰਗ ਵਾਲੇ ਹਾਰ ਪਾਉਂਦੇ ਆ, ਫੁੱਲਾਂ ਦੀ ਵਰਖਾ ਕਰਦੇ ਆ। ਇਹ ਮਾਨ ਸਾਹਿਬ ਨੂੰ ਹੋ ਰਿਹਾ ਸਾਰਾ ਕੁਝ, ਅਸੀਂ ਤਾਂ ਮਾਨ ਸਾਹਿਬ ਦੇ ਦੂਤ ਆ, ਜੋ ਕੁਝ ਹੋ ਰਿਹਾ ਇਹ ਮਾਨ ਸਾਹਿਬ ਲਈ ਹੋ ਰਿਹਾ। ਅਤੇ ਪਰਮਾਤਮਾ ਕਿਰਪਾ ਕਰੇ, ਭਾਵੇਂ ਜੀਰਾ ਵਿਧਾਨ ਸਭਾ ਅਤੇ ਭਾਵੇਂ ਦੂਜੀਆਂ 8 ਵਿਧਾਨ ਸਭਾ, 9 ਦੀਆਂ 9 ਵਿਧਾਨ ਸਭਾ 'ਚੋਂ ਲੋਕ ਸਭਾ ਖਡੂਰ ਸਾਹਿਬ 2 ਲੱਖ ਤੋਂ ਪਲੱਸ ਲੀਡ ਨਾਲ ਜਿਤਾ ਕੇ ਭੈਣ ਭਰਾ ਲੋਕ ਸਭਾ 'ਚ ਭੇਜਣਗੇ, ਅਤੇ ਗੁਰੂ ਮਹਾਰਾਜ ਕਿਰਪਾ ਕਰਨਗੇ, 10 ਲੋਕ ਸਭਾ ਖਡੂਰ ਸਾਹਿਬ ਲਈ ਵੱਡੀ ਇੰਡਸਟਰੀ ਲੈ ਕੇ ਆਵੇਗਾ, ਤਾਂ ਜੋ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਇੱਥੇ ਕੰਮ ਮਿਲੇ। ਕਟਾਰੀਆ ਸਾਹਿਬ ਕਹਿ ਰਹੇ ਸੀਗੇ ਕਿ ਬਿਨਾਂ ਨਸ਼ੇ ਤੋਂ ਅਤੇ ਬਿਨਾਂ ਪੈਸੇ ਤੋਂ ਇਲੈਕਸ਼ਨ ਜਿੱਤਿਆ ਸੀ ਅਤੇ ਹੁਣ ਵੀ ਉਵੇਂ ਜਿੱਤਾਂਗੇ। ਬਿਲਕੁਲ, ਪਹਿਲਾਂ ਵੀ ਅਸੀਂ ਬਿਨਾਂ ਪੈਸੇ ਤੋਂ ਅਤੇ ਬਿਨਾਂ ਨਸ਼ੇ ਤੋਂ ਇਲੈਕਸ਼ਨ ਲੜੀ ਆ, ਇਹਨਾਂ ਵਾਂਗੂ ਨਕਲੀ ਸ਼ਰਾਬਾਂ ਵੰਡ ਕੇ ਨਹੀਂ ਲੜੀਆਂ ਇਲੈਕਸ਼ਨਾਂ, ਅਤੇ ਹੁਣ ਵੀ ਬਿਨਾਂ ਪੈਸੇ ਤੋਂ, ਬਿਨਾਂ ਸ਼ਰਾਬ ਵੰਡਣ ਤੋਂ, ਬਿਨਾਂ ਨਸ਼ੇ ਵੰਡਣ ਤੋਂ ਇਲੈਕਸ਼ਨ ਲੜਾਂਗੇ ਅਤੇ ਇਲੈਕਸ਼ਨ ਲੋਕ ਜਿਤਾਉਣਗੇ। ਇਹੋ ਸੰਗਤ ਆ ਜਿਹਨੇ 22 ਜਿਤਾਈ ਆ, ਇਹੋ ਸੰਗਤ ਹੈ ਜਿਹਨੇ ਹੁਣ 24 ਜਿਤਾਉਣੀ ਅਤੇ ਮੁੜ ਕੇ ਫਿਰ 27 ਜਿਤਾਉਣੀ ਆ। ਅਗਰ ਲੋਕ ਪੂਰੇ ਖੁਸ਼ ਨੇ, ਪੂਰੇ ਖੁਸ਼ ਆ ਲੋਕ ਤਾਂ ਆਪਦੇ ਮਹਿਬੂਬ ਨੇਤਾ ਦੀ ਇੱਕ ਝਲਕ ਪਾਉਣ ਨੂੰ ਇੰਨੇ ਕਾਲੇ ਆ ਕਿ ਮਾਨ ਸਾਹਿਬ ਹੁਣੇ ਆ ਜਾਣ ਅਤੇ ਇਹ ਨੱਚਣ ਲੱਗ ਪੈਣ, ਇੰਨਾ ਚਾਅ ਆ ਇਹਨਾਂ ਨੂੰ। ਅੱਜ ਤੋਂ ਬਾਅਦ ਕਿੰਨਾ ਕੁ ਫਰਕ ਪੈ ਜੂਗਾ ਰੋਡ ਸ਼ੋਅ ਤੋਂ ਬਾਅਦ? ਵੇਖੋ, ਅੱਜ ਮਾਨ ਸਾਹਿਬ ਜਿੱਤ ਤਾਂ ਪਹਿਲਾਂ ਹੀ ਯਕੀਨੀ ਸੀ, ਮਾਨ ਸਾਹਿਬ ਦੇ ਅੱਜ ਆਉਣ ਨਾਲ ਮੈਨੂੰ ਲੱਗਦਾ ਜੀਰਾ ਵਿਧਾਨ ਸਭਾ ਜਿਹੜੀ ਅੱਗੇ 15-20 ਹਜ਼ਾਰ ਦੀ ਲੀਡ ਸੀ, ਅੱਜ 30 ਹਜ਼ਾਰ ਦੀ ਲੀਡ ਹੋ ਜੂ ਇੱਥੋਂ, ਅਤੇ ਜਿੱਥੇ ਜਿੱਥੇ ਮਾਨ ਸਾਹਿਬ ਤੁਰੇ ਜਾਣਗੇ 15-15, 20-20 ਹਜ਼ਾਰ ਉੱਥੇ ਪਲੱਸ ਹੁੰਦਾ ਜਾਊਗਾ। ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੂੰਗਾ? ਲੋਕਾਂ ਨੂੰ ਇਹੋ ਅਪੀਲ ਆ, ਆਪਾਂ 75 ਸਾਲ ਅਕਾਲੀਆਂ, ਕਾਂਗਰਸੀਆਂ, ਬੀਜੇਪੀਆਂ ਨੂੰ ਵੋਟਾਂ ਪਾ ਕੇ ਲੋਕ ਸਭਾ 'ਚ ਭੇਜਦੇ ਰਹੇ ਹਾਂ। ਜੇ ਅਸੀਂ ਆਪਦੀ ਸੰਭਾਲ ਦੀ ਦੌਰਾਨ ਗੱਲ ਕਰੀਏ, ਡਾਕਟਰ ਰਤਨ ਸੋਹੀ ਨਾਲਾ ਇੱਥੋਂ 2 ਵਾਰਾਂ ਜਿੱਤੇ, ਜਹਿਦਾ ਰਣਜੀਤ ਸਿੰਘ ਬ੍ਰਹਮਪੁਰਾ ਜਿੱਤੇ, ਜਸਵੀਰ ਸਿੰਘ ਡਿੰਪਾ ਗਿੱਲ ਜਿੱਤੇ, ਮੈਂ ਹੋਣ ਵਾਲੇ 20 ਸਾਲਾਂ ਦੀ ਗੱਲ ਕਰਦਾ, ਪੁਰਾਣੇ ਵੀ ਚਲੋ ਜਿੱਤਦੇ ਰਹੇ ਅਤੇ ਆਉਂਦਾ ਕੋਈ ਨਹੀਂ ਰਿਹਾ, ਇਹ 5 ਸਾਲਾਂ ਬਾਅਦ ਹੀ ਆਉਂਦੇ ਰਹੇ ਜਦੋਂ ਵੋਟਾਂ ਆਉਂਦੀਆਂ ਰਹੀਆਂ। 10 ਦਾ ਇਹ ਵਾਅਦਾ, ਜਿਵੇਂ 2 ਸਾਲ ਅੱਗੇ ਸਰਕਾਰ ਬਣੀ ਦੇ ਵਿੱਚ ਵਜ਼ੀਰ ਬਣ ਕੇ ਲੋਕਾਂ ਦੇ ਵਿੱਚ ਦਿਨ ਰਾਤ ਰਹੇ ਹਾਂ, ਉਸੇ ਤਰ੍ਹਾਂ ਹੀ 5 ਦੇ 5 ਸਾਲ 24 ਘੰਟੇ ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ। ਇਹ ਜੀਰੇ ਵਾਲੇ ਵੀ ਮੇਰੇ ਭਰਾ ਨੇ, ਪੱਟੀ ਵਾਲੇ ਵੀ ਮੇਰੇ ਭਰਾ, ਖੇਮ ਕਰਨ, ਖਡੂਰ ਸਾਹਿਬ ਵਾਲੇ, ਤਰਨ ਤਾਰਨ ਵਾਲੇ, ਬਾਬੇ ਬਕਾਲੇ ਜੰਡਿਆਲੇ, ਅਤੇ ਸੁਲਤਾਨਪੁਰ ਲੋਧੀ, ਕਪੂਰਥਲੇ ਵਾਲੇ ਵੀ ਮੇਰੇ ਭਰਾ, ਰਾਤ ਦਿਨ ਜਦੋਂ ਮਰਜ਼ੀ ਲਾਲਜੀਤ ਭੁੱਲਰ ਨੂੰ ਯਾਦ ਕਰਨਗੇ, ਲਾਲਜੀਤ ਭੁੱਲਰ ਹਾਜ਼ਰ ਹੋਊਗਾ। ਆ ਤੁਸੀਂ ਵੇਖਿਆ ਹੜ ਆਏ, ਜਦੋਂ ਹੜਾਂ ਦੇ ਵਿੱਚ ਕੋਈ ਇਹ ਨਹੀਂ ਵੀ ਮੈਂ ਇਲੈਕਸ਼ਨ ਲੜਦਾ ਪਿਆ ਹਾਂ, ਨਾ ਸਾਡੀ MLA ਇਲੈਕਸ਼ਨ ਹੀ, ਨਾ ਕੋਈ MC ਇਲੈਕਸ਼ਨ, ਨਾ ਸਰਪੰਚੀ ਅਤੇ ਨਾ MP ਇਲੈਕਸ਼ਨ। ਲਾਲਜੀਤ ਭੁੱਲਰ 60 ਦਿਨ ਦੇ ਕਰੀਬ ਪਾਣੀ ਚੱਲਿਆ ਅਤੇ ਲਾਲਜੀਤ ਭੁੱਲਰ 60 ਦਿਨ ਹੀ ਬੰਨ ਦੇ ਉੱਤੇ ਸੇਵਾ ਕਰਦਾ ਰਿਹਾ। ਜਿੰਨਾ ਘਰਾਂ ਦੇ ਨੁਕਸਾਨ ਹੋਏ ਪਾਣੀ ਨਾਲ, ਲੋਕਾਂ ਦੇ ਡੰਗਰ ਰੁੜ ਗਏ ਜਾਂ ਲੋਕਾਂ ਦੇ ਘਰ ਢਹਿ ਗਏ, ਲੋਕਾਂ ਦੇ ਚਾਰਾ ਖਤਮ ਹੋ ਗਿਆ, ਦਾਸ ਜਿੰਨੇ ਜੋਗਾ ਸੀ ਸਰਕਾਰੀ ਤੌਰ 'ਤੇ ਵੀ ਆਪਦੀ ਜੇਬ 'ਚੋਂ ਵੀ, ਚੋਕਰ, ਹਰਾ ਚਾਰਾ, ਸਾਇਲਜ, ਸੁੱਕਾ ਚਾਰਾ, ਲੋਕਾਂ ਦੇ ਘਰ ਵਾਸਤੇ ਰਾਸ਼ਨ, ਲੋਕਾਂ ਲਈ ਕਰਿਆਨੇ ਦਾ ਸਮਾਨ, ਉਹ ਜੋ ਕੁਝ ਦਾਸ ਕਰ ਸਕਦਾ ਕੀਤਾ। ਨਾ ਇੱਥੇ ਕੋਈ ਅਕਾਲੀ ਦਲ ਵਾਲਾ ਲੱਭਾ, ਨਾ ਕੋਈ ਕਾਂਗਰਸ ਵਾਲਾ ਲੱਭਾ, ਨਾ ਕੋਈ BJP ਵਾਲਾ ਲੱਭਾ। ਤੁਸੀਂ ਪ੍ਰੈਸ ਵਾਲੇ ਇਸ ਗੱਲ ਦੇ ਸਬੂਤ ਅਤੇ ਗਵਾਹ ਜੇ, ਤੁਸੀਂ ਵੀ ਭਰਾਵੋ ਉੱਥੇ ਆਉਂਦੇ ਰਹੇ ਜੇ। ਉਹ ਤਾਂ ਵੱਡੀ ਸਮੱਸਿਆ ਵਾਲੀ ਬਾੜ ਵਾਲੀ ਜਿਹੜੀ ਹੈਗੀ ਹੈ, ਕਿ ਇਹ ਮੁੱਦਾ ਵੀ ਉਠਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ, ਕਿਉਂਕਿ ਇਹਨਾਂ ਨੇ ਬੜਾ ਵਰਕ ਕੀਤਾ, ਅਸੀਂ ਨਾਲ ਜਾਂਦੇ ਰਹੇ ਇਹਨਾਂ ਦੇ, ਕਿ ਇਹ ਮੁੱਦਾ ਵੀ ਉਠਾਇਆ ਜਾਵੇਗਾ ਤਾਂ ਕਿ ਇਸ ਲੋਕਾਂ ਨੂੰ ਰਾਹਤ ਮਿਲ ਸਕੇ। ਬਿਲਕੁਲ, ਵੇਖੋ ਇਹ ਤਾਂ ਵੱਡੀ ਲੋੜ ਆ,
ਇੰਡੀਆ ਅਲਾਇੰਸ ਦੀ ਸਰਕਾਰ ਬਣ ਦਿਓ, 10 ਮੈਂਬਰ ਪਾਰਲੀਮੈਂਟ ਬਣ ਕੇ ਸਭ ਤੋਂ ਪਹਿਲਾਂ ਪੱਥਰ ਲਾ ਕੇ ਚੌੜੀ ਕੰਧ ਬਣਾਵਾਂਗੇ ਬੰਨਾਂ ਦੇ ਵਿੱਚ, ਤਾਂ ਜੋ ਬੰਨ ਟੁੱਟ ਕੇ ਬਾਹਰਲੇ ਬੰਨੇ ਨੁਕਸਾਨ ਨਾ ਹੋਵੇ। ਅਤੇ ਪਰਮਾਤਮਾ ਕਿਰਪਾ ਕਰੇ, ਸਰਕਾਰ ਕੋਲ ਬੜੇ ਵਸੀਲੇ ਹੁੰਦੇ ਆ, ਸਾਡੀ ਇੰਡੀਆ ਅਲਾਇੰਸ ਦੀ ਸਰਕਾਰ ਬਣਦੀ ਆ, ਲਾਲਜੀਤ ਭੁੱਲਰ ਨੂੰ ਦਾਸ ਨੂੰ ਲੋਕ ਮੌਕਾ ਦੇ ਕੇ MP ਬਣਾ ਕੇ ਭੇਜਦੇ ਆ। ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਆ ਉਹ ਵੀ ਕਿਸਾਨਾਂ ਦੀ ਮਾਲਕੀ ਜ਼ਮੀਨ ਆ, ਉਹ ਜ਼ਮੀਨ ਵੀ ਕੋਸ਼ਿਸ਼ ਕਰਾਂਗੇ ਜੋ ਬਾਜ਼ਾਰ 'ਚ ਕੀਮਤ ਆ 20 ਲੱਖ 25 ਲੱਖ 30 ਲੱਖ ਉਹਦੇ ਹਿਸਾਬ ਨਾਲ ਸਰਕਾਰੀ ਤੌਰ 'ਤੇ ਅਕਵਾਇਰ ਕਰਕੇ ਕਿਸਾਨਾਂ ਨੂੰ ਪੈਸੇ ਦੇਵਾਂਗੇ, ਤਾਂ ਜੋ ਕਿਸਾਨ ਪੱਧਰ ਥਾਂ 'ਤੇ ਜ਼ਮੀਨ ਖਰੀਦਣ, ਆਪਦੇ ਘਰ ਦੀ ਰੋਟੀ ਸਹੀ ਢੰਗ ਨਾਲ, ਆਪਦੇ ਬੱਚਿਆਂ ਦੀ ਸ਼ਾਦੀ, ਆਪਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਜਿਹੜੇ ਕਿਸਾਨ ਦੀ ਫਸਲ ਵਿੱਚ ਦਰਿਆ ਦੇ ਜ਼ਮੀਨ ਦੇ ਵਿੱਚ ਆ, ਉਹਦੀ ਤਾਂ ਫਸਲ ਬਰਬਾਦ ਹੋ ਗਈ, ਉਹ ਤਾਂ 5 ਸਾਲਾਂ ਲਈ ਮਾਰਿਆ ਗਿਆ, ਉਹ ਤਾਂ ਖਤਮ ਹੋ ਗਈ ਕਹਾਣੀ। ਕਿਸਾਨਾਂ ਦੀ ਬਾਂਹ ਬਣਾਂਗੇ, ਮਜ਼ਦੂਰਾਂ ਦੀ ਬਾਂਹ ਬਣਾਂਗੇ, ਮਜ਼ਦੂਰ ਜਿਹੜੇ ਇਹਨਾਂ ਜ਼ਮੀਨਾਂ 'ਚ ਮਜ਼ਦੂਰੀ ਕਰਦੇ ਆ ਉਹਨਾਂ ਲਈ ਵੀ ਕੋਈ ਚੰਗਾ ਪੈਕੇਜ ਲੈ ਕੇ ਆਵਾਂਗੇ। 3-4 ਹਜ਼ਾਰ ਰੁਪਈਆ ਹਰ ਜਿਹੜਾ 18 ਸਾਲ ਤੋਂ ਉੱਪਰ ਦੀ ਉਮਰ ਦੀ ਭੈਣ ਆ ਭਰਾ ਆ ਉਹਦੇ ਵਾਸਤੇ ਵੀ 3-4 ਹਜ਼ਾਰ ਦਾ ਪੈਕੇਜ ਸੈਂਟਰ ਤੋਂ ਲਿਆਵਾਂਗੇ, ਤਾਂ ਜੋ ਗਰੀਬਾਂ ਦਾ SC ਪਰਿਵਾਰਾਂ ਦਾ BC ਪਰਿਵਾਰਾਂ ਦਾ ਚੁੱਲ੍ਹਾ ਚੱਲਦਾ ਰਹੇ। ਇੱਕ ਵਾਰੀ ਮਸਤਾ ਹੈ, ਰੋਡ ਮੈਪ ਜਿਹੜਾ ਹੈਗਾ ਉਹ ਇਹਨਾਂ ਨੇ ਦੱਸਿਆ ਕਿ ਰੋਡ ਮੈਪ ਕਿਸ ਤਰੀਕੇ ਦਾ ਹੈ, ਬੜਾ ਇੱਕ ਬਿਹਤਰੀਨ ਮੈਪ ਜਿਹੜਾ ਹੈਗਾ ਇਹਨਾਂ ਵੱਲੋਂ ਤਿਆਰ ਕੀਤਾ ਗਿਆ, ਕਿਉਂਕਿ ਇਹ ਇਲਾਕਾ ਜਿਹੜਾ ਹੈਗਾ ਹੜ੍ਹ ਦੀ ਮਾਰ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਪੈਂਦੀ ਹੈ। ਤਾਂ ਉਸ 'ਤੇ ਲਾਲਜੀਤ ਭੁੱਲਰ ਨੇ ਕਿਹਾ ਕਿ ਕੰਧ ਕੀਤੀ ਜਾਵੇਗੀ, ਜ਼ਮੀਨਾਂ ਐਕੁਆਇਰ ਕੀਤੀਆਂ ਜਾਣਗੀਆਂ ਕਿਸਾਨਾਂ ਦੀਆਂ ਜੋ ਹੜ੍ਹ ਨਾਲ ਪ੍ਰਭਾਵਿਤ ਹੁੰਦੀਆਂ ਨੇ, ਤਾਂ ਉਹਦਾ ਚੰਗਾ ਮੁਆਵਜ਼ਾ ਦੇ ਕੇ ਚੰਗੇ ਪੈਸੇ 'ਤੇ ਜ਼ਮੀਨਾਂ ਐਕੁਆਇਰ ਕਰਕੇ ਉਹਨਾਂ ਕਿਸਾਨਾਂ ਤੋਂ ਖਰੀਦੀਆਂ ਜਾਣਗੀਆਂ, ਅਤੇ ਤਾਂ ਕਿ ਉਹ ਹੋਰ ਪਾਸੇ ਜ਼ਮੀਨ ਲੈ ਕੇ ਖੇਤੀ ਕਰ ਸਕਣ। ਹਾਲ ਦੀ ਘੜੀ ਰੋਡ ਸ਼ੋਅ ਜਿਹੜਾ ਹੈਗਾ ਉਹ ਸ਼ੁਰੂ ਹੋ ਰਿਹਾ, ਅਤੇ ਲਾਲਜੀਤ ਭੁੱਲਰ ਜਿਹੜੇ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਨੇ ਇੱਕ ਵਾਅਦਾ ਕੀਤਾ ਕਿ ਹਮੇਸ਼ਾ ਲੋਕਾਂ ਦੇ ਨਾਲ ਖੜੇ ਰਹਿਣਗੇ ਅਤੇ ਬਿਨਾਂ ਪੈਸੇ ਅਤੇ ਬਿਨਾਂ ਨਸ਼ੇ ਤੋਂ ਇਹ ਇਲੈਕਸ਼ਨ ਜਿਹੜਾ ਹੈਗਾ ਜਿੱਤਿਆ ਜਾਵੇਗਾ। ਫਿਲਹਾਲ ਵੇਖਦੇ ਹਾਂ ਕਿ ਆਉਣ ਵਾਲੀ ਤਸਵੀਰ ਕਿਸ ਤਰੀਕੇ ਦੀ ਰਹੇਗੀ। ਜ਼ੀਰਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜਦੇ ਨਾਲ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।